ਕੀ ਹਾਲ ਜੀ ਮਾਮੂ? ਹੁਣ ਅਸਾਂ ਕਿਹੜੇ ਰਹਿੰਦੇ ਪਏ? ਸੁਲਤਾਨ ਮੁਹੰਮਦ ਅਲੀ ਦੇ ਡੇਰੇ। ਖੈਰ ਬੱਚੇ ਠੀਕ, ਸਾਂ ਖਾਲਿਦ ਸੁਲਤਾਨ ਦਾ ਦੱਸੋ ਦੋ ਗੱਡੀ। ਉਸ ਤੋਂ ਬਾਅਦ ਉਹ ਅੰਦਰ ਇੰਟਰ ਹੋਮਨ ਦਿੰਦੇ ਨੇ, ਵੇਖੋ ਬੈਰੀਅਲ 24 ਦੇ ਵੈਸਨ ਇਹ ਸਾਹਮਣੇ ਇਸ਼ਾਰਾ ਦਿੰਦੇ ਪਏ। ਜੀ ਮਾਮੂ ਹੁਣ ਅਸਾਂ ਕਿਹੜੇ ਰਹਿੰਦੇ ਪਏ? ਸੁਲਤਾਨ ਮੁਹੰਮਦ ਅਲੀ ਦੇ ਡੇਰੇ। ਸੁਲਤਾਨ ਮੁਹੰਮਦ ਅਲੀ ਸਾਹਿਬ ਦੇ ਡੇਰੇ? ਭਾਈ ਆਲਵੀ ਮਜ਼ਬੀ ਸਕਾਲਰ, ਇਸਲਾਮਿਕ ਇੰਸਟੀਟਿਊਟ ਦੇ ਚੇਅਰਮੈਨ, ਇੰਟਰਨੈਸ਼ਨਲ ਇਸਲਾਮਿਕ, ਉਹਨਾਂ ਨਾਲ ਮੁਲਾਕਾਤ ਹੈ ਅਤੇ ਉਹਨਾਂ ਦੇ ਤਰਫੋਂ ਡਿਨਰ ਦਾ ਇਹਤਮਾਮ ਕੀਤਾ ਗਿਆ। ਬਿਲਕੁਲ ਘਰਾਨਾ ਹਜ਼ਰਤ ਫੈਜ਼ ਸੁਲਤਾਨ ਦੇ ਇਜ਼ਾਜ਼ ਡਿਨਰ ਦਾ ਇਹਤਮਾਮ ਹੈ, ਜਿਹੜਾ ਸੁਲਤਾਨ ਅਹਿਮਦ ਅਲੀ ਔਰ ਸੁਲਤਾਨ ਬਹਾਦਰ ਅਜ਼ੀਜ਼ ਨੇ ਕੀਤਾ। ਉਸ ਤੋਂ ਵੇਦ ਪਹਿਲਾਂ ਸਰ ਦੋਸਤਾਂ ਦੀ ਬੜਾ ਇੱਥੇ ਸਿਸਟਮ ਹੈ ਜੀ, ਜਨਾਬ ਆਉਣ ਨਾਲ ਪਹਿਲੇ ਵਾਇਰਲੈਸ ਹੁੰਦਾ ਕਿ ਜਿਹੜੇ ਬੰਦੇ ਇੱਥੇ ਆਉਣੇ ਨੇ ਜਾਂ ਉਹ ਮਿਲਣਾ ਚਾਹੁੰਦੇ ਨੇ ਉਹ ਪਹਿਲੇ ਇੱਥੇ ਡਸੇਸਨ, ਉਹਨਾਂ ਦੀ ਇੰਟਰੀ ਹੋਈ ਹੋਈ ਆਉਂਦੀ ਹੈ, ਉਸ ਤੋਂ ਬਾਅਦ ਉਹ ਅੰਦਰ ਇੰਟਰ ਹੋਮਨ ਦਿੰਦੇ ਨੇ। ਵੇਖੋ ਬੈਰੀਅਲ 24 ਦੇ ਵੈਸਨ ਇਹ ਚੈੱਕ ਕਰੋ, ਕਿਉਂਕਿ ਸਾਡੀ ਇੰਟਰੀ ਪਹਿਲੇ ਹੋ ਚੁੱਕੀ ਹੈ, ਸਾਡੀ ਦਾਵਤ ਹੈ ਇੱਥੇ, ਫੈਮਿਲੀ ਡਿਨਰ ਹੈ। ਕਿਆ ਬਾਤ ਹੈ ਇਹ ਭਾਈ, ਘੰਟੇ ਮਾਸ਼ਾਅੱਲਾ, ਘੰਟੇ ਬਿਲਕੁਲ ਘੰਟੇ ਜੀ। ਉਹ ਉਸ ਚੋ ਸੀ ਉਹ ਜੂਨਾਗੜ੍ਹ, ਉਸ ਚੋ ਸੀ ਮੇਰੇ ਖਿਆਲ ਚੋ, ਜਿੱਥੇ ਅੱਗੇ ਆਉਂਦੀ ਹੈ ਦਾਵਤ ਉਸ ਸਾਈਡ ਤੋਂ। ਇੱਥੇ ਹੀ ਮਾਸ਼ਾਅੱਲਾ ਕਾਫੀ ਰਸ਼ ਹੈ, ਹਲਕਤ ਇੱਥੇ ਬੜੀ ਹੈ। ਇਹ ਸਾਹਮਣੇ ਇਸ਼ਾਰਾ ਦਿੰਦੇ ਪਏ। ਪਹਿਲੇ ਇੰਤਜ਼ਾਰ ਚ ਚਲੇ ਚਲੋ ਚਲੇ ਚਲੋ, ਉਹ ਸਾਹਮਣੇ 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 ਆਪ ਦੋ ਅੱਗਾ ਜੀ। ਦੋਸਤੋ ਇੱਥੇ ਸਾਡੀ ਗੈਦਰਿੰਗ ਆਉਂਦੀ ਪਈ ਹੈ, ਫੈਮਿਲੀ ਗੈਦਰਿੰਗ, ਔਰ ਉਸ ਕੋਲ ਬਾਅਦ ਹੋ ਸੀ ਫੈਮਿਲੀ ਡਿਨਰ, ਔਰ ਇਹ ਹਰ ਸਾਲ ਸੁਲਤਾਨ ਸਾਹਿਬਜ਼ਾਦਾ ਸੁਲਤਾਨ ਮੁਹੰਮਦ ਅਲੀ ਸਾਹਿਬ ਹੋਣੀ ਦੇ ਤਰਫੋਂ ਹੁੰਦਾ, ਬੇਹੱਦ ਜ਼ਬਰਦਸਤ ਡਿਨਰ ਹੁੰਦਾ, ਔਰ ਇਸ ਨੂੰ ਤੁਸੀਂ ਵੀ ਇੰਜੋਏ ਕਰੋ। ਮੈਂ ਬੋਲ ਨਾ ਸਕਦਾ, ਮੁਨਾਸਿਬ ਨਹੀਂ ਲੱਗਦਾ, ਲੇਕਿਨ ਵਲੌਗ ਵੇਖਣਾ ਤੁਸੀਂ।
ਦੋਸਤੋ ਇਹ ਉਹ ਟਰੋਫੀਜ਼ ਹਨ ਜਿਹੜੀਆਂ ਸਾਹਿਬਜ਼ਾਦਾ ਸੁਲਤਾਨ ਮੁਹੰਮਦ ਅਲੀ ਸਾਹਿਬ ਅਚੀਵ ਕੀਤੀਆਂ ਆਪਣੀ ਮਿਹਨਤ ਔਰ ਆਪਣੇ ਜਜ਼ਬੇ ਨਾਲ। ਦੋਸਤੋ ਰਾਤ ਦੇ ਤ੍ਰੈ ਹੁੰਦੇ ਪੈਣ ਔਰ ਹੁਣ ਅਸਾਂ ਵਹਿੰਦੇ ਪਏ ਵਾਪਸ। ਇਹ ਕਹਿੰਦੀ ਹੈ ਸਾਵਣਦਾਨੀ ਠੀਕ ਹੈ ਸਾਈਂ ਮਿਹਰਬਾਨੀ। ਦ ਨੈਕਸਟ ਡੇ ਹੁਣ ਇਨਸ਼ਾਅੱਲਾ ਅੱਜ ਅਸਾਂ ਵੰਜਣਾ ਹੈ ਗਦੀ ਨਸ਼ੀਨ ਸਾਹਿਬਜ਼ਾਦਾ ਮੁਹੰਮਦ ਨਜੀਬ ਸੁਲਤਾਨ ਸ਼ੇਰਾਂ ਵਾਲੀ ਸਰਕਾਰ, ਉਹਨਾਂ ਨਾਲ ਮੇਰਾ ਮੀਟਅਪ ਹੈ ਔਰ ਤੁਹਾਨੂੰ ਮੈਂ ਉਹਨਾਂ ਲੋਕਾਂ ਵਾਸਤੇ ਇਹ ਵੀਡੀਓ ਸੀ ਜਿਹੜੇ ਲੋਕ ਪੀਰਾਂ ਨੂੰ ਬੁਰਾ ਭਲਾ ਸਮਝਦੇ ਨੇ, ਜਿਹੜੇ ਲੋਕ ਸਮਝਦੇ ਨੇ ਸਿਰਫ ਡਰਾਮਾ ਹੁੰਦਾ ਪੀਰਾਂ ਦਾ, ਸਿਰਫ ਫਰਾਡ ਹੁੰਦਾ, ਐਕਟਿੰਗ ਹੁੰਦੀ ਹੈ, ਜੋ ਜੋ ਤੁਹਾਡੀਆਂ ਗਲਤ ਮਾਇੰਡ ਸੈੱਟ ਹੋਇਆ ਹੋਇਆ ਜਾਂ ਕਿਸੇ ਲੋਕਾਂ ਤੁਹਾਡੇ ਜ਼ਹਿਨ 'ਚ ਠੀਕ ਹੈ ਉਹ ਜ਼ਹਿਨ ਖਰਾਬ ਕੀਤੇ ਹੋਏ ਨੇ ਯਾਰ, ਉਹ ਲੋਕ ਇਹ ਵੀਡੀਓ ਜ਼ਰੂਰ ਵੇਖਣ। ਅੱਜ ਦੀ ਵੀਡੀਓ 'ਚ ਇਨਸ਼ਾਅੱਲਾ ਮੈਂ ਸਮਝਦਾ ਕਿ ਮੈਂ ਤੁਹਾਨੂੰ ਸਾਬਿਤ ਕਰਦੇ ਸਾਂ ਕਿ ਹਰ ਬੰਦਾ ਜਾਹਿਲ ਨਹੀਂ ਹੈ, ਹਰ ਬੰਦਾ ਬੇਸ਼ਊਰਾ ਨਹੀਂ ਹੈ, ਹਰ ਬੰਦਾ ਜਿਹੜਾ ਨਾ ਹਰ ਕੈਟੇਗਰੀ ਦੇ ਲੋਕ ਉਹਨਾਂ ਕੋਲ ਆਉਂਦੇ ਨੇ ਔਰ ਤੁਸੀਂ ਵੇਖੋ ਕਿਸ ਅੰਦਾਜ਼ ਨਾਲ ਲੋਕ ਦੀਵਾਨੇ ਨੇ ਉਹਨਾਂ ਦੇ ਯਾਰ, ਉਹਨਾਂ 'ਚ ਕੁਝ ਹੇਤ ਲੋਕ ਦੀਵਾਨੇ ਨੇ, ਇਵੇਂ ਥੋੜ੍ਹੀ ਆਉਂਦੇ ਨੇ ਕੋਈ। ਯਾਰ ਮੈਂ ਕਿਸੇ ਨੂੰ ਟੋਂਟ ਨਹੀਂ ਮਰਿੰਦਾ ਪਿਆ, ਮੈਂ ਸਿਰਫ ਇਤਨਾ ਤੁਹਾਨੂੰ ਸਮਝਾਉਣਾ ਚਾਹੁੰਦਾ ਇਸ ਵਲੌਗ 'ਚ। ਇਹ ਵੇਖੋ ਗਦੀ ਨਸ਼ੀਨ ਸਾਹਿਬਜ਼ਾਦਾ ਨਜੀਬ ਸੁਲਤਾਨ ਰਵਾਨਾ ਹੁੰਦੇ ਪੈਣ ਕਿ ਰਹੀ ਬਾਹਰ ਦਰਬਾਰ ਹਜ਼ੂਰ 'ਤੇ ਜ਼ਿਆਰਤ ਕਰਨ, ਸਿਰਫ ਆਵਾਮ ਵੇਖੋ ਇਹਨਾਂ ਦੇ ਪਿੱਛੋਂ ਕਿਤਨੀ ਦੀਵਾਨਿਆਂ ਵਾਰ ਲੋਕ ਮੁਹੱਬਤ ਦਿੰਦੇ ਪੈਣ, ਇਹਨਾਂ ਨੂੰ ਮਿਲਣ ਵਾਸਤੇ ਤਰਸਦੇ ਨੇ ਲੋਕ। ਅਤੇ ਯਾਰ ਇਹ ਸਾਰੇ ਲੋਕ ਜਾਹਿਲ ਨੇ, ਜਿਹੜੇ ਲੋਕ ਸਮਝਦੇ ਨੇ ਕਿ ਪੀਰਾਂ ਦਾ ਸਿਰਫ ਫਰਾਡ ਹੁੰਦਾ, ਡਰਾਮਾ ਹੁੰਦਾ, ਇਹ ਵੀਡੀਓ ਸਿਰਫ ਉਹਨਾਂ ਵਾਸਤੇ ਕਿ ਯਾਰ ਇਹਦੇ ਵੇਖੋ ਔਰਤਾਂ ਮਰਦ ਰਾਤ ਦੇ ਡਾਹ ਹੁੰਦੇ ਪੈਣ, ਲੋਕ ਕਿਵੇਂ ਹਾਲ ਕਿਹੜੀ ਹਾਲਤ ਹੈ ਲੋਕਾਂ ਦੀ ਮੁਹੱਬਤ ਨਾਲ ਵੇਖੋ।